ਲੋਕ ਇਨਸਾਫ਼ ਪਾਰਟੀ ਵੱਲੋਂ ਕੱਢੇ ਜਾ ਰਹੇ ਇਨਸਾਫ਼ ਮਾਰਚ ਦੀਆਂ ਤਿਆਰੀਆਂ ਸੰਬੰਧੀ ਅਹਿੰਸਾ ਮੀਟਿੰਗ ਮਾਝਾ ਜ਼ੋਨ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਦੀ ਅਗਵਾਈ ਹੇਠ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਨੇ ਕਿਹਾ ਕਿ ਇਸ ਮਾਰਚ ਵਿੱਚ ਪੰਜਾਬ ਦੇ ਮੁੱਦਿਆਂ ਉੱਪਰ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਝੇ ਤੋਂ ਵੱਡਾ ਕਾਬਲਾ ਮਾਰਚ ਵਿੱਚ ਪਹੁੰਚੇਗਾ। ਅੱਜ ਅਸੀਂ ਜਿਹੜੀ ਅੰਮ੍ਰਿਤਸਰ ਸ਼ਹਿਰੀ ਦੀ ਜਿਹੜੀ ਬਿਲਕੁਲ ਸਾਰੀ ਜ਼ਿਲ੍ਹੇ ਦੀ ਪੂਰੀ ਅੰਮ੍ਰਿਤਸਰ ਦੇ ਮੀਟਿੰਗ ਲਈ ਆ। ਇਹ ਜਿਹੜਾ 8 ਤਰੀਕ ਤੋਂ 16 ਤਰੀਕ ਤੱਕ ਇਨਸਾਫ਼ ਮਾਰਚ ਲੋਕ ਇਨਸਾਫ਼ ਪਾਰਟੀ ਵੱਲੋਂ ਅਤੇ ਸਰਦਾਰ ਖਹਿਰਾ ਸਾਹਿਬ ਵੱਲੋਂ ਜਿਹੜੀ ਐਲਾਨਿਆ ਗਿਆ ਧਰਮਵੀਰ ਗਾਂਧੀ ਜੀ ਵੱਲੋਂ, ਉਸ ਮਾਰਚ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਿੰਨੀ ਵੀ ਲੋਕ ਇਨਸਾਫ਼ ਪਾਰਟੀ ਦੀ ਟੀਮ ਆ ਇੱਥੇ ਅੰਮ੍ਰਿਤਸਰ ਜ਼ਿਲ੍ਹੇ 'ਤੇ ਔਰ ਮਾਝੇ ਦੇ ਵੀ ਪੂਰੇ ਅਸੀਂ ਸੰਗਤ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਜਿਹੜਾ ਅਸੀਂ ਸ਼ਾਮਿਲ ਹੋਣਾ ਇਸ ਮਾਰਚ ਦੇ ਵਿੱਚ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਅਹੁਦੇਦਾਰਾਂ ਦੀ ਵੱਖ ਵੱਖ ਡਿਊਟੀ ਲਾਈ ਆ ਅਤੇ ਬੱਸਾਂ ਅਤੇ ਗੱਡੀਆਂ ਦਾ ਕਾਫਲਾ ਲੈ ਕੇ ਕੱਲ੍ਹ ਨੂੰ ਅਸੀਂ ਜਿਹੜਾ 8 ਤਰੀਕ ਨੂੰ ਸਾਬੋ ਕੀ ਤਲਵੰਡੀ ਜਿਹੜਾ ਇਸ ਇਨਸਾਫ਼ ਮਾਰਚ ਦੇ ਵਿੱਚ ਸਾਡੀ ਟੀਮ ਜਿਹੜੀ ਮਾਝੇ ਵੱਲੋਂ ਸਰਦਾਰ ਅਮਰੀਕ ਸਿੰਘ ਵਰਪਾਲ ਜੀ ਮਾਲ ਸਾਹਿਬ ਅਤੇ ਸਾਡੇ ਸ਼ਹਿਰੀ ਪ੍ਰਧਾਨ ਰਵਿੰਦਰ ਜੀ, ਜ਼ਿਲ੍ਹਾ ਪ੍ਰਧਾਨ ਸਾਡੇ ਮਨਦੀਪ ਸਿੰਘ ਜੀ, ਜਿੰਨੇ ਵੀ ਸਾਡੇ ਅਹੁਦੇਦਾਰ ਆ ਵਾਰਡ ਪੱਧਰ ਤੱਕ ਜਿਹੜਾ ਅਸੀਂ ਵੱਡੀ ਗਿਣਤੀ 'ਚ ਸੰਗਤ ਨੂੰ ਲੈ ਕੇ ਉੱਥੇ ਪੁੱਜਾਂਗੇ। ਇਨਸਾਫ਼ ਮਾਰਚ ਵਿੱਚ ਕੀ ਅਹਿਮ ਮੁੱਦੇ ਹੋਣਗੇ? ਦੇਖੋ, ਇਨਸਾਫ਼ ਮਾਰਚ ਮੀਡੀਆ ਦੇ ਵਿੱਚ ਆਲਰੇਡੀ ਤੁਹਾਨੂੰ ਪਤਾ, ਜਿੱਦਾਂ ਸਾਡੇ ਲੀਡਰ ਸਾਹਿਬਾਨ ਸਾਰੇ ਰੋਜ਼ ਦੇ ਰੋਜ਼ ਮੀਟਿੰਗਾਂ ਕਰ ਰਹੇ, ਪਿੱਛੇ ਜੇ ਅੰਮ੍ਰਿਤਸਰ ਆ ਕੇ ਗਏ ਉਦੋਂ ਵੀ ਕਰ ਕੇ ਗਏ, ਜੋ ਮੁੱਖ ਮੁੱਦੇ ਨੇ ਇਸ ਟਾਈਮ ਪੰਜਾਬ ਦੇ ਕਿਸਾਨੀ ਜਵਾਨੀ ਅਤੇ ਸਭ ਤੋਂ ਜਿਹੜਾ ਅਹਿਮ ਮੁੱਦਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬੇਅਦਬੀ, ਬਰਗਾੜੀ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਇਨਸਾਫ਼ ਅਜੇ ਤੱਕ, ਦੋਸ਼ੀ ਜਿਹੜੇ ਕਾਤਲ ਅਜੇ ਤੱਕ ਫੜੇ ਨਾ ਗਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਜਿਹੜੇ ਆ ਉਹ ਅਜੇ ਤੱਕ ਜਿਹੜੇ ਫੜੇ ਨਾ ਜਾਣਾ। ਇਹ ਜੇ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਇਨਸਾਫ਼ ਨਹੀਂ ਮਿਲਦਾ, ਜੇ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਨਹੀਂ ਫੜੇ ਜਾ ਸਕਦੇ, ਤਾਂ ਹੋਰ ਪੰਜਾਬ ਦੇ ਵਿੱਚ ਕਿਸ ਵਿਅਕਤੀ ਨੂੰ ਜਿਹੜਾ ਇੱਥੇ ਕਿਸ ਇਨਸਾਨ ਨੂੰ ਜਿਹੜਾ ਇਨਸਾਫ਼ ਮਿਲ ਸਕਦਾ? ਸੋ ਇਹਨਾਂ ਸਾਰੇ ਮੁੱਦਿਆਂ ਨੂੰ, ਜਵਾਨੀ ਨੂੰ, ਕਿਸਾਨੀ ਨੂੰ, ਮਜ਼ਦੂਰਾਂ ਨੂੰ, ਦਲਿਤਾਂ ਦੇ ਮੁੱਦਿਆਂ ਨੂੰ ਨਾਲ ਲੈ ਕੇ, ਜਿਹੜੇ ਵਪਾਰੀ ਵਰਗ ਆ ਇਹਨਾਂ ਦੇ ਮੁੱਦਿਆਂ ਨੂੰ ਲੈ ਕੇ, ਜੋ ਅੱਜ ਪੰਜਾਬ ਦੇ ਵਿੱਚ ਲੋਕ ਆਪਣੇ ਆਪ ਨੂੰ ਕਿਸੇ ਵੀ ਪੱਖ ਤੋਂ ਇਨਸਾਫ਼ ਨਾ ਮਿਲਦਾ ਦਿਸ ਕੇ ਜਿਹੜੇ ਲੋਕ ਲਾਚਾਰ ਹੋ ਚੁੱਕੇ ਨੇ, ਉਹਨਾਂ ਦੀ ਆਵਾਜ਼ ਬਣ ਕੇ ਇਨਸਾਫ਼ ਮਾਰਚ ਕੱਢਿਆ ਜਾਊਗਾ। ਅੱਜ ਦੀ ਜਿਹੜੀ ਮੀਟਿੰਗ ਹੈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਇਨਸਾਫ਼ ਪਾਰਟੀ ਅਤੇ ਖਹਿਰਾ ਸਾਹਿਬ ਧੜਾ ਅਤੇ ਗਾਂਧੀ ਜੀ, ਅਸੀਂ ਰਲ ਕੇ ਤਿੰਨੇ ਪਾਰਟੀਆਂ ਜਿਹੜਾ 8 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਰੋਸ ਮਾਰਚ ਕੱਢ ਰਹੇ ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਨਤੀ ਹੋਈ ਹੈ ਉਹਦੇ ਦੋਸ਼ੀਆਂ ਨੂੰ ਫੜਨ ਬਾਰੇ, ਜਿਹੜੇ ਦੋ ਸਿੰਘ ਸ਼ਹੀਦ ਹੋਏ ਉਹਨਾਂ ਦੇ ਦੋਸ਼ੀਆਂ ਨੂੰ ਫੜਨ ਬਾਰੇ, ਅਤੇ ਜਵਾਨੀ ਨੂੰ ਬਚਾਉਣ ਲਈ, ਬੇਰੁਜ਼ਗਾਰੀ ਨੂੰ ਖਤਮ ਕਰਨ ਲਈ, ਸਰਕਾਰ ਦੀ ਜਿਹੜੀ ਸੁੱਤੀ ਪਈ ਸਰਕਾਰ ਹੈ ਉਹ ਨੀਂਦ ਖੋਲਣ ਵਾਸਤੇ ਇਹ ਰੋਸ ਮਾਰਚ ਕਰਾਇਆ ਜਾ ਰਿਹਾ। ਅੱਜ ਅਸੀਂ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਸਾਰੇ ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ, ਅਹੁਦੇਦਾਰ, ਸਾਰੇ ਵਰਕਰਾਂ ਦੀ ਇਕੱਤਰਤਾ ਮੀਟਿੰਗ ਸੱਦ ਕੇ ਵੱਡੇ ਰੂਪ ਦੇ ਵਿੱਚ ਕਾਫਲਿਆਂ ਦੀ ਸ਼ਰਤ ਵਿੱਚ ਸੂਰਤ ਵਿੱਚ ਕਾਰਾਂ 'ਤੇ, ਬੱਸਾਂ 'ਤੇ, ਗੱਡੀਆਂ ਮੋਟਰਾਂ 'ਤੇ ਜਾਵਾਂਗੇ। ਔਰ ਮੈਂ ਮਾਝੇ ਦੇ ਇੰਚਾਰਜ ਹੋਣ ਦੇ ਨਾਤੇ ਸਾਰੇ ਜ਼ਿਲ੍ਹੇ ਪ੍ਰਧਾਨਾਂ ਦੀਆਂ ਅਸੀਂ ਡਿਊਟੀਆਂ ਲਾ ਕੇ ਕਮ ਸੇ ਕਮ 1000 ਤੋਂ ਵੱਧ ਕਾਫਲਾ ਜਿਹੜਾ ਮਾਝੇ ਦੇ ਵਿੱਚੋਂ ਉਹ ਉੱਥੇ ਦਮਦਮਾ ਸਾਹਿਬ ਪਹੁੰਚੇਗਾ। ਪਹਿਲਾਂ ਸਾਡੇ ਪਾਰਟੀ ਪ੍ਰਧਾਨ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ, ਸਾਡੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੀਤ ਸਿੰਘ ਜੀ ਖਾਲਸਾ, ਸਾਡੇ ਮਾਝਾ ਜ਼ੋਨ ਦੇ ਇੰਚਾਰਜ ਸਰਦਾਰ ਅਮਰੀਕ ਸਿੰਘ ਜੀ ਗਿਰਪਾਲ, ਇਹਨਾਂ ਦਾ ਧੰਨਵਾਦ ਹੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਬਾਕੀ ਅੱਜ ਦੀ ਜਿਹੜੀ ਸਾਡੀ ਇਕੱਤਰਤਾ ਹੋਈ ਆ, ਸਾਡੇ ਸਮੂਹ ਅਹੁਦੇਦਾਰ ਦਾ ਸਾਹਿਬਾਨ, ਸਾਡੇ ਜੋ ਵਾਰਡ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਸਾਰਿਆਂ ਦੀ 1-8 ਤਰੀਕ ਨੂੰ ਤਲਵੰਡੀ ਸਾਬੋ ਨੂੰ ਇਨਸਾਫ਼ ਮਾਰਚ, ਸਰਦਾਰ ਬਲਵਿੰਦਰ, ਸਰਦਾਰ ਬੈਂਸ ਸਾਹਿਬ ਜੀ, ਸਿਮਰਜੀਤ ਸਿੰਘ ਬੈਂਸ, ਖਹਿਰਾ ਸਾਹਿਬ, ਗਾਂਧੀ ਜੀ ਦੀ ਦਿਸ਼ਾ ਨਿਰਦੇਸ਼ਾਂ 'ਤੇ ਉੱਥੋਂ ਚੱਲਣਾ ਵਾ ਜੀ। ਉਹਦੇ ਸੰਬੰਧ ਵਿੱਚ ਅਸੀਂ ਇੱਥੋਂ ਵੱਡੇ ਕਾਫਲੇ 'ਤੇ ਜਾਣ ਵਾਸਤੇ ਮੀਟਿੰਗ ਕੀਤੀ ਆ ਅਤੇ ਜਿੰਨੇ ਆਪਣੇ ਅਹੁਦੇਦਾਰ ਸਾਹਿਬਾਨ ਆ ਸਾਰਿਆਂ ਨੂੰ ਡਿਊਟੀਆਂ ਲਾਈਆਂ ਵਾ। ਕੱਲ੍ਹ ਅਸੀਂ ਸਵੇਰੇ ਇੰਡੀਆ ਗੇਟ ਤੋਂ ਸਾਰੇ ਵੱਡੇ ਕਾਫਲੇ ਦੇ ਤੌਰ 'ਤੇ ਆਪੋ ਆਪਣੀਆਂ ਗੱਡੀਆਂ 'ਤੇ, ਆਪੋ ਆਪਣੇ ਜੋ ਵੀ ਵਹੀਕਲ ਆ, ਅਸੀਂ ਅਤੇ ਆਪਣੇ ਜੋ ਵੀ ਸਾਡੇ ਅਹੁਦੇਦਾਰ ਸਾਹਿਬਾਨ ਨੂੰ ਕਿਹਾ ਵੀ ਬੱਸਾਂ ਦੇ ਇਹਨਾਂ ਦੇ ਮਸ਼ਵਰੇ ਲਏ ਆ, ਪਰ ਆਪ ਹਮਾਰੇ ਸਾਡੇ ਜੋ ਅਹੁਦੇਦਾਰ ਸਾਹਿਬਾਨ ਆ ਜਿਨ੍ਹਾਂ ਦੀ ਗੱਡੀਆਂ ਦੀ ਕੈਪੈਸਿਟੀ 1 ਤੋਂ 2 ਆ, ਉਹ 5-5 ਗੱਡੀਆਂ ਲਿਆਉਣ ਨੂੰ ਤਿਆਰ ਆ। ਲੋਕ ਇਨਸਾਫ਼ ਪਾਰਟੀ ਦੇ ਵਿੱਚ ਲੋਕਾਂ ਦਾ ਹੜ ਆ ਗਿਆ ਜੀ, ਤੁਸੀਂ ਇਹ ਕੱਲ੍ਹ ਦੇਖ ਹੀ ਲੈਣਾ ਵੀ ਕਿਸ ਤਰ੍ਹਾਂ ਲੋਕਾਂ ਦਾ ਹੜ ਜਿਹੜਾ ਵਾ ਤਲਵੰਡੀ ਸਾਬੋ ਵਿਖੇ ਇਕੱਠਾ ਹੋਣ ਵਾਲਾ। ਪਾਰਟੀ ਦੀ ਮਜ਼ਬੂਤੀ ਲਈ ਆਪਾਂ ਦਿਨ ਰਾਤ ਇੱਕ ਕਰਾਂਗੇ, ਪੂਰੇ ਮਾਝਾ ਜ਼ੋਨ ਦੇ ਵਿੱਚ, ਖਾਸ ਕਰਕੇ ਜਿੱਥੋਂ ਤੱਕ ਵੀ ਸਾਡੀ ਆਵਾਜ਼ ਬੁਲੰਦ ਹੋਊਗੀ ਅਸੀਂ ਕਰਾਂਗੇ ਜੀ। ਪਾਰਟੀ ਦੇ ਜੋ ਸਾਡੇ ਏਜੰਡੇ ਆ, ਜੋ
ਸਾਡੇ ਪਾਰਟੀ ਪ੍ਰਧਾਨ ਦੇ ਏਜੰਡੇ ਆ ਗਰੀਬਾਂ ਨੂੰ ਇਨਸਾਫ ਦਿਵਾਉਣਾ। ਜੋ ਪੰਜਾਬ ਦੀ ਧਰਤੀ ਦੇ ਇਹਨਾਂ ਦੋ ਪਾਰਟੀਆਂ ਨੇ ਵੱਖ ਵੱਖ ਵਾਰੀ ਵਾਰੀ ਆਣ ਕੇ ਲੁੱਟਿਆ ਸੁੱਟਿਆ, ਜੋ ਪੰਜਾਬ ਦੀ ਜਵਾਨੀ ਕਿਸਾਨੀ ਇਹਨਾਂ ਤਬਾਹ ਕਰਤੀ ਆ, ਉਹਨੂੰ ਫਿਰ ਪੰਜਾਬ ਨੂੰ ਉਹ ਹਵੇਲੀਆਂ ਦੇ ਲਿਆਉਣ ਵਾਸਤੇ ਅਸੀਂ ਬਿਲਕੁਲ ਦਿਨ ਰਾਤ ਇੱਕ ਮਿਹਨਤ ਕਰਕੇ ਅਤੇ ਅਸੀਂ ਪੰਜਾਬ ਦੀ ਇੱਕ ਨਵੀਂ ਸਿਰਜਣਾ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਜਿਹੜੀ ਦੇਖ ਰੇਖ 'ਚ ਕਾਇਮ ਕਰਾਂਗੇ।